ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਆ ਰਹੇ ਨੇ, ਪਰ ਉਸ ਤੋਂ ਪਹਿਲਾਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਹੈ ਕਿ ਆਖਿਰਕਾਰ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਜਿੱਤ ਰਿਹਾ। ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਵਿੱਚ ਹਾਂ, ਜਿੱਥੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਪਹੁੰਚਦੇ ਨੇ। ਤਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਉਹ ਕੀ ਸੋਚਦੇ ਨੇ ਕਿ ਅੰਮ੍ਰਿਤਸਰ ਤੋਂ ਕਿਹੜਾ ਉਮੀਦਵਾਰ ਜਿਹੜਾ ਉਹ ਜੇਤੂ ਹੋ ਸਕਦਾ। ਤਾਂ ਬਹੁਤ ਸਾਰੇ ਲੋਕ ਨੇ, ਅਸੀਂ ਗੱਲਬਾਤ ਆਮ ਲੋਕਾਂ ਦੇ ਨਾਲ ਹੀ ਕਰਦੇ ਹਾਂ। ਭਾਈ ਸਾਹਿਬ, ਕੀ ਲੱਗਦਾ ਅੰਮ੍ਰਿਤਸਰ ਉਹ ਕੌਣ ਜਿੱਤ? ਇੱਧਰ ਪੁੱਛੋ, ਇਹੋ ਦੱਸੂਗਾ ਕੀ ਲੱਗਦਾ ਕੌਣ ਜਿੱਤ। ਦੱਸੋ ਇਹ ਆਮ ਪਾਰਟੀ ਦਾ ਜਿੱਤਣਾ ਹੋਰ ਕਿਵੇਂ ਜਿੱਤਣਾ? ਤ੍ਰਿਕੋਣਾ ਮੁਕਾਬਲਾ ਹੈ, ਕੋਈ ਪੱਕਾ ਨੀ? ਪੱਕਾ ਨੀ ਹੈ, ਤ੍ਰਿਕੋਣਾ। ਹੋਰ ਵੀ ਲੋਕ ਨੇ। ਭਾਈ ਸਾਹਿਬ, ਕੀ ਲੱਗਦਾ ਅੰਮ੍ਰਿਤਸਰੋਂ ਕੌਣ ਜਿੱਤੂਗਾ? ਹਾਂਜੀ, ਅੰਮ੍ਰਿਤਸਰੋਂ ਕੀ ਲੱਗਦਾ ਕੌਣ ਜਿੱਤੂ? ਅਜੇ ਕੀ ਕਹਿ ਸਕਦੇ ਆ, ਕੋਈ ਪਤਾ ਨੀ ਲੱਗ ਰਿਹਾ, ਕੋਈ ਪਤਾ ਨੀ ਲੱਗ ਰਿਹਾ। ਅੰਮ੍ਰਿਤਸਰ ਕੌਣ ਜਿੱਤੂਗਾ, ਪਤਾ ਕੋਈ ਆਈਡੀਆ? ਹਲੇ ਇਹਨਾਂ ਲੋਕਾਂ ਨੂੰ ਕਹਿ ਰਹੇ। ਭਾਈ ਸਾਹਿਬ, ਕੀ ਲੱਗਦਾ ਅੰਮ੍ਰਿਤਸਰੋਂ ਕੌਣ? ਕੁਛ ਨੀ ਕਹਿ ਸਕਦੇ ਜੀ ਅਜੇ। ਅੱਛਾ, ਤਾਂ ਪਹਿਲਾਂ ਪਤਾ ਲੱਗ ਜਾਂਦਾ, ਇਸ ਵਾਰੀ ਨੀ ਪਤਾ? ਇਸ ਵਾਰ ਕੁਛ ਨੀ ਕਹਿ ਸਕਦੇ ਜੀ, ਪੱਛਮਾ ਮੁਕਾਬਲਾ ਕੱਲ ਹੀ ਜੋ ਹੋਏਗਾ ਜੀ, ਕੱਲ ਹੀ ਹੋਏਗਾ। ਬਿਲਕੁਲ, ਤਾਂ ਕੱਲ ਨਤੀਜੇ ਆਉਣੇ ਨੇ, ਪਰ ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਲੋਕਾਂ ਦਾ ਜਿਹੜਾ ਕੀ ਇਸ ਵੇਲੇ ਜ਼ਿਹਨ ਦੇ ਵਿੱਚ ਚੱਲ ਰਿਹਾ। ਤਾਂ ਇੱਥੇ ਬਹੁਤ ਸਾਰੇ ਦੁਕਾਨਦਾਰ ਨੇ, ਅਸੀਂ ਗੱਲ ਕਰਕੇ ਕੋਸ਼ਿਸ਼ ਕਰਦੇ ਹਾਂ। ਸਰ, ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰੋਂ ਕੌਣ ਜਿੱਤ ਸਕਦਾ? ਕੀ ਕਹਿ ਸਕਦੇ ਹਾਂ, ਕੁਛ ਨਹੀਂ ਪਤਾ। ਨਹੀਂ, ਕੁਛ ਨਹੀਂ ਪਤਾ। ਹੋਰ ਵੀ ਨੇ ਦੁਕਾਨਦਾਰ। ਸਰ, ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰੋਂ ਕੌਣ ਜਿੱਤੂਗਾ? ਬਿਲਕੁਲ ਕਿਹਾ ਦੇ ਬਾਰੇ ਜਾਵਾਂ ਮਾਈ ਪਾਪਾ ਕੌਣ ਜਿੱਤੂਗਾ? ਲੋਕ ਦੱਸ ਨਹੀਂ ਰਹੇ, ਤਾਂ ਹੋਰ ਵੀ ਨੇ ਦੁਕਾਨਦਾਰ। ਸਰ, ਕੀ ਲੱਗ ਰਿਹਾ ਇਸ ਵਾਰੀ ਅੰਮ੍ਰਿਤਸਰੋਂ ਕੌਣ ਜਿੱਤ ਸਕਦਾ? ਕੁਛ ਨਹੀਂ ਕਹਿ ਸਕਦੇ ਜੀ, ਫਸਵਾਂ ਮੁਕਾਬਲਾ। ਯਾਨੀ ਕਿ 2022 ਦੇ ਵਿੱਚ ਲੋਕ ਪਹਿਲਾਂ ਹੀ ਕਹਿੰਦੇ ਸੀ ਕਿ ਫਲਾਣਾ ਜਿੱਤੂ, ਇਸ ਵਾਰੀ ਨਹੀਂ ਪਤਾ ਲੱਗਿਆ? ਫਸਵਾਂ ਮੁਕਾਬਲਾ, ਨਤੀਜੇ ਹੈਰਾਨੀਜਨਕ ਹੋ ਸਕਦੇ। ਬਿਲਕੁਲ, ਫਸਵਾਂ ਮੁਕਾਬਲਾ ਇਹਨਾਂ ਦਾ ਕਹਿਣਾ। ਤੁਹਾਨੂੰ ਲੱਗਦਾ ਕੌਣ ਜਿੱਤ ਸਕਦਾ? ਇੱਕ ਬੜੀ ਇਸ ਵਾਰ ਅਜੀਬ ਅਸੀਂ ਚੀਜ਼ ਦੇਖ ਰਹੇ ਹਾਂ ਕਿ ਕੋਈ ਵੀ ਖੁੱਲ੍ਹ ਕੇ ਪਹਿਲਾਂ ਤੋਂ ਨਹੀਂ ਦੱਸ ਸਕਦਾ ਕਿ ਕੌਣ ਜਿੱਤ ਰਿਹਾ। ਹੋਰ ਵੀ ਦੁਕਾਨਦਾਰ ਨੇ। ਵੀਰ ਜੀ, ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ? ਪਤਾ ਨਹੀਂ, ਮੇਰਾ ਜ਼ਿਲ੍ਹਾ ਤਰਨ ਤਾਰਨ ਆ। ਚਲੋ, ਤਰਨ ਤਾਰਨ ਅੰਮ੍ਰਿਤਪਾਲ। ਅਤੇ ਅੰਮ੍ਰਿਤਸਰ ਤੋਂ ਕੀ ਲੱਗਦਾ? ਸਰ, ਕੀ ਲੱਗਦਾ ਵੀਰ ਜੀ ਅੰਮ੍ਰਿਤਸਰ ਤੋਂ ਇਸ ਵਾਰੀ ਕੌਣ ਜਿੱਤ ਸਕਦਾ? ਅੰਮ੍ਰਿਤਪਾਲ ਜੀ। ਨਹੀਂ, ਅੰਮ੍ਰਿਤਸਰ। ਅੰਮ੍ਰਿਤਸਰ ਤੋਂ ਵੇਖੋ, ਬਾਲਟੀ ਵਾਲਾ ਜਿਹੜਾ ਚੋਣ ਛਾਣੀ ਉਹ ਜਾਊ। ਤੁਹਾਨੂੰ ਕੀ ਲੱਗਦਾ ਕੌਣ ਜਿੱਤ? ਕੋਈ ਨਹੀਂ ਕਹਿੰਦਾ। ਤਾਂ ਲੋਕ ਜੋ ਨੇ, ਵੀਰ ਜੀ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰੋਂ ਕੌਣ ਜਿੱਤੂਗਾ? ਪਤਾ ਲੱਗਦਾ ਭਰਾ, ਕੁਛ ਨਹੀਂ ਪਤਾ ਲੱਗ ਰਿਹਾ। ਤਾਂ ਇਹ ਨਹੀਂ ਅਸੀਂ ਪੁੱਛਾਂਗੇ ਵੀ ਵੋਟ ਕਿਹਨੂੰ ਪਾਈ ਹੈ, ਪਰ ਇਹ ਜ਼ਰੂਰ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ। ਤਾਂ ਇਸ ਵੇਲੇ ਤੁਸੀਂ ਦੇਖੋ ਕਿ ਅਸੀਂ ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਦੇ ਵਿੱਚ ਹਾਂ, ਔਰ ਇੱਥੇ ਤਮਾਮ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਭਾਅ ਜੀ, ਕੀ ਲੱਗਦਾ ਇਸ ਵਾਰੀ ਕੌਣ ਜਿੱਤੂਗਾ ਅੰਮ੍ਰਿਤਸਰੋਂ? ਕੋਈ ਆਈਡੀਆ? ਨਹੀਂ ਨਹੀਂ, ਕੋਈ ਆਈਡੀਆ। ਅੱਛਾ, ਤਾਂ ਇਸ ਵਾਰ ਲੋਕ ਜੋ ਨੇ ਦੱਸਣ ਤੋਂ ਕਿਤੇ ਨਾ ਕਿਤੇ ਕਤਰਾਉਂਦੇ ਹੋਏ ਨਜ਼ਰ ਆ ਰਹੇ, ਹਾਲਾਂਕਿ ਨਤੀਜੇ ਕੱਲ੍ਹ ਆਉਣੇ ਨੇ। ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਲੋਕਾਂ ਦੇ ਜ਼ਿਹਨ 'ਚ ਕੀ ਚੱਲ ਰਿਹਾ। ਸਰ, ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ? ਫਿਰ ਵੀ ਚਾਚਾ ਜੀ ਵੋਟ ਤੇ ਪਾਈ ਹੋਊਗੀ? ਅਸੀਂ ਨਹੀਂ ਪਾਈ। ਕੀ ਲੱਗਦਾ ਕੌਣ ਜਿੱਤ ਸਕਦਾ ਅੰਮ੍ਰਿਤਸਰ ਦੇ ਵਿੱਚੋਂ? ਉਹ ਜਿਹੜਾ ਜਿੱਤੇਗਾ ਜੀ, ਦਾਅਵੇ ਨਾਲ ਹੀ ਕਹਿੰਦੇ ਜਿਹੜੇ ਮੌਜੂਦਾ MP ਉਹ। ਹਾਂਜੀ, ਤੁਹਾਨੂੰ ਕੀ ਲੱਗਦਾ? ਮੌਜੂਦਾ MP ਜੀ ਮੇਰੇ ਦੇਖੀਏ, ਬਾਕੀ ਵੇਖੋ ਭਲਾ ਕੀ ਬੰਦਾ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਮੌਜੂਦਾ MP ਵੋਟ ਪਾਈ ਤੁਸੀਂ? ਮੇਰਾ ਪਿੰਡ ਵੀ ਪਾਣਾ। ਅੱਛਾ, ਤਾਂ ਪਿੰਡ ਦੇ ਵਿੱਚ ਇਹਨਾਂ ਦੀ ਵੋਟ ਆ। ਤਾਂ ਇੱਥੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਵੀ ਕੰਮ ਕਰਦੇ ਨੇ, ਪਰ ਦੁਕਾਨਦਾਰ ਜਿਹੜੇ ਕਿਉਂਕਿ ਵੱਖ ਵੱਖ ਇਲਾਕਿਆਂ ਦੇ ਨਾਲ ਸੰਬੰਧ ਰੱਖਦੇ ਨੇ, ਤਾਂ ਗੱਲਬਾਤ ਅਸੀਂ ਜ਼ਰੂਰ ਕਰ ਰਹੇ ਉਹਨਾਂ ਦੇ ਨਾਲ। ਤਾਂ ਇੱਥੇ ਸਬਜ਼ੀ ਮੰਡੀ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਤੋਂ ਲੋਕ ਆਉਂਦੇ ਨੇ। ਸਰ, ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਕੌਣ ਜਿੱਤੂਗਾ?
ਹਾਂਜੀ ਇਸ ਵਾਰੀ ਕੀ ਲੱਗਦਾ ਕੌਣ ਜਿੱਤ ਸਕਦਾ ਮੇਰੇ ਕਹਿ ਨਹੀਂ ਸਕਦੇ ਹਾਂ ਅੰਮ੍ਰਿਤਸਰ ਦੇ ਵਿੱਚ ਜ਼ਿਆਦਾ ਕਰਕੇ ਆਮ ਆਦਮੀ ਪਾਰਟੀ ਦੀ ਮੈਚ ਹੈ ਆਮ ਆਦਮੀ ਪਾਰਟੀ ਤਾਂ ਹੋਰ ਵੀ ਦੁਕਾਨਦਾਰ ਨੇ ਅਸੀਂ ਲਗਾਤਾਰ ਇੱਥੇ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਆਉਂਦੇ ਭਾਈ ਸਾਹਿਬ ਕੀ ਲੱਗਦਾ ਇਸ ਵਾਰੀ ਕੌਣ ਜਿੱਤੂ ਅੰਮ੍ਰਿਤਸਰ ਅਜੇ ਕੋਈ ਭਾਈ ਨਹੀਂ ਦੋਵਾਂ ਦੇ ਭੇਟ ਲੱਗੇ ਨੇ ਕੀ ਪਤਾ ਕਿਹੜੇ ਮਾਲਕ ਨੇ ਫਸਵਾਂ ਮੁਕਾਬਲਾ ਪੂਰਾ ਬਰਾਬਰ ਮੁਕਾਬਲਾ ਜੀ ਬਿਲਕੁਲ ਕੱਲ ਨਤੀਜੇ ਆਉਣੇ ਉਸ ਤੋਂ ਪਹਿਲਾਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਹਾਲਾਂਕਿ ਲੋਕ ਇਹ ਕਹਿ ਰਹੇ ਕਿ ਫਸਵਾਂ ਮੁਕਾਬਲਾ ਸੀ ਤਾਂ ਹੋਰ ਵੀ ਦੁਕਾਨਦਾਰ ਹੈ ਸਰ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ ਅੰਮ੍ਰਿਤਸਰ ਇੱਕੋ ਹੀ ਆਣਾ ਰਾਮ ਸਰਕਾਰ ਬੀਜੇਪੀ ਮੋਦੀ ਸਾਹਿਬ ਸਰ ਤੁਹਾਨੂੰ ਕੀ ਲੱਗਦਾ ਕੌਣ ਜਿੱਤ ਸਕਦਾ ਮੋਦੀ ਜੀ ਮੋਦੀ ਮੋਦੀ ਦਾ ਫੁੱਲ ਜ਼ੋਰ ਹੈ ਇਹਨਾਂ ਦਾ ਕਹਿਣਾ ਸੈਂਟਰ ਮੇ ਮੋਦੀ ਪੰਜਾਬ ਮੇ ਚਾਹੇ ਕਾਂਗਰਸ ਆਏ ਸੈਂਟਰ ਮੇ ਮੋਦੀ ਹੈ ਅੰਮ੍ਰਿਤਸਰ ਦੀ ਮੈਂ ਖਾਸ ਤੌਰ ਅੰਮ੍ਰਿਤਸਰ ਮੇ ਕਾਂਗਰਸ ਹੈ ਸਰ ਕੀ ਲੱਗਦਾ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ ਅੰਮ੍ਰਿਤ ਕਾਂਗਰਸ ਕਾਂਗਰਸ ਤਾਂ ਤੁਹਾਨੂੰ ਕੀ ਲੱਗਦਾ ਕਾਂਗਰਸ ਕਾਂਗਰਸ ਹੋਰ ਵੀ ਦੁਕਾਨਦਾਰ ਨੇ ਇੱਥੇ ਤੁਸੀਂ ਦੇਖੋ ਸਰ ਭਾਈ ਸਾਹਿਬ ਕੀ ਲੱਗਦਾ ਅੰਮ੍ਰਿਤਸਰ ਕੌਣ ਜਿੱਤੂ ਯਾਰ ਧਾਲੀਵਾਲ ਮੇਰੇ ਹਿਸਾਬ ਨਾਲ ਜਿੱਤ ਜਾਏਗਾ ਤੁਹਾਨੂੰ ਧਾਰੀਵਾਲ ਸਾਹਿਬ ਹੋਰ ਇਹਦੀ ਸੀੜਿਆ ਸਾਡੇ ਵੱਲੋਂ ਅੰਮ੍ਰਿਤਪਾਲ ਸਿੰਘ ਜ਼ਰੂਰ ਜਿੱਤੇਗਾ ਅਸੀਂ ਸਾਰਿਆਂ ਨੇ ਉਹਦਾ ਖਾਲਸੇ ਪੰਥ ਦਾ ਪੂਰਾ ਸਮਰਥਨ ਕੀਤਾ ਤਰਨ ਤਾਰਨ ਤੋਂ ਇਹਨਾਂ ਦਾ ਕਹਿਣਾ ਕਿ ਅੰਮ੍ਰਿਤਪਾਲ ਔਰ ਅੰਮ੍ਰਿਤਸਰ ਇੱਥੋਂ ਧਾਰੀਵਾਲ ਸਾਹਿਬ ਜਿੱਤੂਗਾ ਘੱਟੋ ਘੱਟ 10-15 ਹਜ਼ਾਰ ਲੀਡ ਤੇ ਜਿੱਤੂਗਾ ਪਿੰਡਾਂ 'ਚ ਬਹੁਤ ਜ਼ਿਆਦਾ ਜ਼ੋਰ ਆ ਉਹਦਾ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਕਿ ਕੁਲਦੀਪ ਸਿੰਘ ਧਾਲੀਵਾਲ ਜਿੱਤਣਗੇ ਹੋਰ ਵੀ ਲੋਕ ਨੇ ਭਾਈ ਸਾਹਿਬ ਕੀ ਲੱਗਦਾ ਅੰਮ੍ਰਿਤਸਰੋਂ ਕੌਣ ਜਿੱਤ ਸਕਦਾ ਇਹ ਹੁਣ ਰੱਬ ਹੀ ਜਾਣਦਾ ਕਿਹੜਾ ਜਾਂ ਕਾਂਗਰਸ ਜਿੱਤਦੀ ਆ ਮੁਕਾਬਲਾ ਕਾਫੀ ਹਾਂ ਤੁਹਾਨੂੰ ਕੀ ਲੱਗਦਾ ਅੰਮ੍ਰਿਤਸਰ ਤੋਂ ਕੌਣ ਅੰਮ੍ਰਿਤਸਰ ਕਾਂਗਰਸ ਕੌਣ ਜਿੱਤ ਸਕਦਾ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਸਰ ਪਤਾ ਤੇ ਕੱਖ ਨਹੀਂ ਹੈਗਾ ਜਿਤਨੀ ਬੀਜੇਪੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਔਜਲਾ ਜਿੱਤੇਗਾ ਔਜਲਾ ਔਜਲਾ ਹੋਰ ਵੀ ਨੇ ਇੱਥੇ ਭਾਈ ਸਾਹਿਬ ਕੀ ਲੱਗਦਾ ਤੁਹਾਨੂੰ ਕੌਣ ਜਿੱਤੇਗਾ ਔਜਲਾ ਜੀ ਔਜਲਾ ਹੀ ਜਿੱਤੇਗਾ ਜੀ ਮੌਜੂਦਾ ਜਿਹੜੇ ਐਮਪੀ ਨੇ ਹਾਂਜੀ ਹਾਂਜੀ ਤਾਂ ਹੋਰ ਵੀ ਦੁਕਾਨਦਾਰ ਨੇ ਹਾਲਾਂਕਿ ਲੋਕਾਂ ਦਾ ਕਹਿਣਾ ਕਿ ਵਿਕਾਸ ਹੋਣਾ ਚਾਹੀਦਾ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਕੌਣ ਜਿੱਤ ਸਕਦਾ ਐਂ ਖਡੂਰ ਸਾਹਿਬ ਹਲਕੇ ਜੋ ਉੱਥੋਂ ਕੌਣ ਅੰਮ੍ਰਿਤਪਾਲ ਜਿੱਤੇਗਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਤੁਸੀਂ ਵੀ ਖਡੂਰ ਸਾਹਿਬ ਤੋਂ ਹਾਂਜੀ ਅੰਮ੍ਰਿਤਪਾਲ ਸਿੰਘ ਹਾਂਜੀ ਜਿੱਤਣਾ ਚਾਹੀਦਾ ਸਾਡਾ ਬਾਰਡਰ ਖੋਲਣਾ ਚਾਹੀਦਾ ਬਾਘਾ ਬਾਰਡਰ ਵਾਲਾ ਜਿਹੜਾ ਸੌਜੀ ਦਾ ਕੰਮ ਪੰਜਾਬ 'ਚ ਕਦੀ ਵੀ ਸੈਂਟਰ ਦੀ ਗੌਰਮੈਂਟ ਨਹੀਂ ਆਈ ਆਣੀ ਸੈਂਟਰ ਦੀ ਗੌਰਮੈਂਟ ਆਏਗੀ ਤੇ ਪੰਜਾਬ ਦਾ ਭਲਾ ਹੋਏਗਾ ਪੰਜਾਬੀ ਇਹ ਨਹੀਂ ਸੋਚਦੇ ਸੈਂਟਰ ਕਿ ਜਿਹੜਾ ਹੀ ਸੈਂਟਰ ਦੀ ਸਰਕਾਰ ਬਣੇ ਉਹਦਾ ਐਮਪੀ ਜਿੱਤਣਾ ਐਮਪੀ ਉਹਦਾ ਹੀ ਜਿੱਤਣਾ ਚਾਹੀਦਾ ਫੇਰ ਹੀ ਕਹਦਾ ਵਿਕਾਸ ਹੋਣਾ ਇੱਥੋਂ ਦਾ ਕੱਲ ਨਤੀਜੇ ਆ ਜਾਣੇ ਫੇਰ ਕੀ ਕਾਂਗਰਸ ਹਾਰੇਗੀ ਕੋਈ ਨਹੀਂ ਤਾਂ ਬਿਲਕੁਲ ਸਰ ਤੁਹਾਨੂੰ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਕੁਛ ਨਹੀਂ ਕਿਹਾ ਜਾ ਸਕਦਾ ਜੀ ਵੋਟਰ ਸਾਇਲੈਂਟ ਹੈਗਾ ਕੁਛ ਨਹੀਂ ਪਤਾ ਜੀ ਵੋਟਰ ਸਾਇਲੈਂਟ ਇਹਨਾਂ ਦਾ ਕਹਿਣਾ ਕਿ ਫਸਵਾਂ ਮੁਕਾਬਲਾ ਪਰ ਇਸ ਵਾਰ ਨਤੀਜੇ ਜਿਹੜੇ ਨੇ ਹੈਰਾਨੀਜਨਕ ਵੀ ਹੋ ਸਕਦੇ ਆ ਹੋਰ ਵੀ ਲੋਕ ਨੇ ਸਰ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ ਔਜਲਾ ਸਾਹਿਬ ਹੀ ਹੋਰ ਕੀ ਔਜਲਾ ਸਾਹਿਬ ਬਿਲਕੁਲ ਗੁਰਜੀਤ ਔਜਲਾ ਇਹਨਾਂ ਦਾ ਕਹਿਣਾ ਕਿ ਜਿੱਤ ਸਕਦੇ ਆ ਹੋਰ ਵੀ ਨੇ ਭਾਈ ਸਾਹਿਬ ਕੀ ਲੱਗਦਾ ਇਸ ਵਾਰੀ ਕੌਣ ਜਿੱਤ ਸਕਦਾ ਤਾਂ ਹੋਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਸਾਰੇ ਦੁਕਾਨਦਾਰ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਵੀਰ ਜੀ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰੋਂ ਕੌਣ ਜਿੱਤ ਸਕਦਾ ਤਰਨਜੀਤ ਸਿੰਘ ਜੀ ਸੰਧੂ ਬੀਜੇਪੀ ਬੀਜੇਪੀ ਬਿਲਕੁਲ ਇਹਨਾਂ ਦਾ ਕਹਿਣਾ ਬੀਜੇਪੀ ਕੀ ਲੱਗਦਾ ਇਸ ਵਾਰੀ ਵੀਰ ਜੀ ਅੰਮ੍ਰਿਤਸਰੋਂ ਕੌਣ ਜਿੱਤ ਸਕਦਾ ਮੋਦੀ ਬੀਜੇਪੀ ਆਹੋ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਬੀਜੇਪੀ ਸਰ ਕੀ ਲੱਗਦਾ ਅੰਮ੍ਰਿਤਸਰ ਤੋਂ ਇਸ ਵਾਰੀ ਕੌਣ ਜਿੱਤ ਸਕਦਾ ਨੋਟ ਤੁਸੀਂ ਗਿਣ ਰਹੇ ਹੋ ਤੁਹਾਨੂੰ ਤੰਗ ਕਰ ਰਹੇ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ ਤਰਨਜੀਤ ਸੰਧੂ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਤਰਨਜੀਤ ਸਿੰਘ ਸੰਧੂ ਯਾਨੀ ਕਿ ਬੀਜੇਪੀ ਸਰ ਕੀ ਲੱਗਦਾ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ ਅੰਮ੍ਰਿਤਪਾਲ ਨਹੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਕਾਂਗਰਸ ਤੁਸੀਂ ਤਰਨ ਤਾਰਨ ਤੋਂ ਸੰਬੰਧ ਰੱਖਦੇ ਹੋ ਜੀ ਉੱਥੋਂ ਕੀ ਲੱਗਦਾ ਉੱਥੋਂ ਅੰਮ੍ਰਿਤਪਾਲ ਤਰਨ ਤਾਰਨ ਤੋਂ ਇਹਨਾਂ ਦਾ ਕਹਿਣਾ ਅੰਮ੍ਰਿਤਪਾਲ ਔਰ ਅੰਮ੍ਰਿਤਸਰ ਤੋਂ ਬੀਜੇਪੀ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਬੀਜੇਪੀ ਜਿਤਨੀ ਬੀਜੇਪੀ ਮਾਰਾ ਪੱਕੀ ਬੀਜੇਪੀ ਦੀ ਮੋਹਰ ਹੈਗੀ ਆ ਬਾਂਹ ਖੜੀ ਕਰ ਕੀ ਲੱਗਦਾ ਵੀਰ ਜੀ ਅੰਮ੍ਰਿਤਸਰ ਤੋਂ ਕੌਣ ਜਿੱਤੂ ਜੋਸ਼ੀ
ਅਕਾਲੀ ਦਲ ਸੂਬਾਈ ਅਕਾਲੀ ਦਲ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਅਕਾਲੀ ਦਲ ਤਾਂ ਹੋਰ ਵੀ ਨੇ ਵੀਰ ਜੀ ਕੀ ਲੱਗਦਾ ਅੰਮ੍ਰਿਤਸਰ ਤੋਂ ਇਸ ਵਾਰੀ ਕੌਣ ਜਿੱਤ ਸਕਦਾ ਤੁਹਾਨੂੰ ਤਾਂ ਪਤਾ ਨਹੀਂ ਨਹੀਂ ਨੌਲੇਜ ਹੈਗੀ ਉਸ ਚੀਜ਼ ਤੁਹਾਨੂੰ ਕੀ ਖਡੂਰ ਸਾਹਿਬ ਵਾਲ ਕਦੋਂ ਦੇ ਅੰਮ੍ਰਿਤਪਾਲ ਸਿੰਘ ਜਿੱਤੂਗਾ ਅੰਮ੍ਰਿਤਸਰ ਦਾ ਨਹੀਂ ਕੋਈ ਆਈਡੀਆ ਜਿੱਤ ਸਕਦਾ ਤੁਸੀਂ ਵੋਟ ਪਾਈ ਹੈ ਬਣੀ ਤੁਹਾਡੀ ਵੋਟ ਪਾਈ ਤਾਂ ਹੋਰ ਵੀ ਇੱਥੇ ਲੋਕ ਨੇ ਵੀਰ ਜੀ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ ਇਹ ਮੈਨੂੰ ਨਹੀਂ ਪਤਾ ਬਿਲਕੁਲ ਤਾਂ ਇੱਥੇ ਬਹੁਤ ਸਾਰੇ ਲੋਕ ਨੇ ਕਿਉਂਕਿ ਸਬਜ਼ੀ ਮੰਡੀ ਦੇ ਵਿੱਚ ਵੱਖ ਵੱਖ ਇਲਾਕਿਆਂ ਤੋਂ ਜਿਹੜੇ ਲੋਕ ਨੇ ਉਹ ਪਹੁੰਚਦੇ ਨੇ ਤਾਂ ਇਸ ਕਰਕੇ ਹਰ ਇੱਕ ਇਲਾਕੇ ਦੇ ਜਿਹੜੇ ਨਾਲ ਸੰਬੰਧਿਤ ਲੋਕ ਸਰ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰੋਂ ਕੌਣ ਜਿੱਤ ਸਕਦਾ ਪਤਾ ਨਹੀਂ ਜੀ ਤਾਂ ਇਹਨਾਂ ਦਾ ਕਹਿਣਾ ਪਤਾ ਨਹੀਂ ਹੋਰ ਵੀ ਨੇ ਬਜ਼ੁਰਗ ਕੀ ਲੱਗਦਾ ਇਸ ਵਾਰੀ ਬਾਪੂ ਜੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ ਮੈਨੂੰ ਨਹੀਂ ਚੱਲਦਾ ਇਹਨਾਂ ਨੂੰ ਕਹਿਣਾ ਇਹਨਾਂ ਦਾ ਕਹਿਣਾ ਕਿ ਆਈਡੀਆ ਕੋਈ ਨਹੀਂ ਆ ਕੀ ਲੱਗਦਾ ਅੰਮ੍ਰਿਤਸਰ ਤੋਂ ਇਸ ਵਾਰੀ ਕੌਣ ਜਿੱਤੂਗਾ ਬੀਜੇਪੀ ਜਿੱਤੂਗਾ ਬੀਜੇਪੀ ਤੁਹਾਨੂੰ ਕੀ ਲੱਗਦਾ ਬੀਜੇਪੀ ਇਹਨਾਂ ਦਾ ਕਹਿਣਾ ਬੀਜੇਪੀ ਹੋਰ ਵੀ ਨੇ ਨੌਜਵਾਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਇੱਥੇ ਪੂਰੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ 'ਚੋਂ ਪਿੰਡਾਂ 'ਚੋਂ ਕਸਬਿਆਂ ਤੋਂ ਲੋਕ ਆਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰੋਂ ਕੌਣ ਜਿੱਤ ਸਕਦਾ ਮੈਨੂੰ ਨਹੀਂ ਕਿਸ ਗੱਲ ਦੀ ਨੌਲੇਜ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਅੰਮ੍ਰਿਤਸਰੋਂ ਕੌਣ ਸੀਟ ਕੱਢੂਗਾ ਦੇਖੋ ਜੀ ਪਤਾ ਨਹੀਂ ਭਾਅ ਜੀ ਕੋਈ ਬਾਕੀ ਵਜ੍ਹਾ ਹੁਣ ਕੀ ਕਹਿ ਸਕਦੇ ਆ ਇਸ ਬਾਰੇ ਅੰਮ੍ਰਿਤਸਰ ਵੀ ਮੋਦੀ ਸੈਂਟਰ ਵੀ ਮੋਦੀ ਕੋਈ ਨੀ ਲਾ ਸਕਦਾ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਕਿ ਅੰਮ੍ਰਿਤਸਰ ਤੋਂ ਵੀ ਬੀਜੇਪੀ ਕੀ ਕੌਣ ਜਿੱਤ ਸਕਦਾ ਅੰਮ੍ਰਿਤਸਰ ਤੋਂ ਮੋਦੀ ਜਿੱਤੇਗਾ ਜੀ ਬਿਲਕੁਲ ਤਾਂ ਬੀਜੇਪੀ ਦੀ ਗੱਲ ਕੀਤੀ ਜਾ ਰਹੀ ਹੈ ਕੀ ਲੱਗਦਾ ਭਾਈ ਸਾਹਿਬ ਅੰਮ੍ਰਿਤਸਰ ਤੋਂ ਕੌਣ ਜਿੱਤੇਗਾ ਇਹ ਮੇਰਾ ਇਲਾਕਾ ਹੈਗਾ ਫਿਰੋਜ਼ਪੁਰ ਇੱਥੋਂ ਵੈਸੇ ਸੀਟ ਤਾਂ ਕਾਲੀ ਹੋ ਜਾਣਗੇ ਹਾਂ ਇੱਥੋਂ ਦੀ ਤੁਹਾਨੂੰ ਕੀ ਲੱਗਦਾ ਕੌਣ ਜਿੱਤੂ ਅੰਮ੍ਰਿਤਸਰ ਤੋਂ ਬੀਜੇਪੀ ਜੀ ਇਹਨਾਂ ਦਾ ਕਹਿਣਾ ਕਿਉਂਕਿ ਹਰ ਕੋਈ ਆਪਣੀ ਆਪਣੀ ਰਾਏ ਜੋ ਹੈ ਉਹ ਰੱਖ ਰਿਹਾ ਤਾਂ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਇਸ ਵੇਲੇ ਸਬਜ਼ੀ ਮੰਡੀ ਦੇ ਵਿੱਚ ਹਾਂ ਤਾਂ ਇੱਥੇ ਜੋ ਜਿਸ ਤਰ੍ਹਾਂ ਮੈਂ ਲਗਾਤਾਰ ਜ਼ਿਕਰ ਕਰ ਰਿਹਾ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਜਿਹੜੇ ਲੋਕ ਨੇ ਉਹ ਪਹੁੰਚਦੇ ਨੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਜੋ ਹੈ ਉਹ ਗੱਲਬਾਤ ਕਰਕੇ ਜਾਣ ਸਕੀਏ ਕਿ ਆਖਿਰਕਾਰ ਇਸ ਵਾਰ ਅੰਮ੍ਰਿਤਸਰ ਦੀ ਸੀਟ ਦੇ ਉੱਤੋਂ ਕੌਣ ਜਿੱਤ ਸਕਦਾ ਤਾਂ ਸਬਜ਼ੀ ਮੰਡੀ ਦੇ ਵਿੱਚ ਹੋਰ ਵੀ ਦੁਕਾਨਦਾਰ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜੀਵ ਸ਼ਰਮਾ ਜੀ ਰਜੀਵ ਸ਼ਰਮਾ ਮੇਰੇ ਤੁਸੀਂ ਫਰੈਂਡ ਹੈਗੇ ਜੀ ਸਰ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਦੇਖੋ ਜੀ ਚਾਂਸ ਦੇ ਪੂਰੇ ਔਜਲਾ ਸਾਹਿਬ ਦੇ ਆ ਬਾਕੀ ਸੰਧੂ ਸਾਹਿਬ ਵੀ ਆ ਸਕਦੇ ਆ ਬਰਾਬਰ ਹੀ ਟੱਕਰ ਹੈ ਜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਫਲਾਣਾ ਬੰਦਾ ਜਿੱਤੇ ਜਾ ਰਿਹਾ ਮੇਰੇ ਸਾਹਮਣੇ ਔਜਲਾ ਜੀ ਦੇਖੇ ਬਾਕੀ ਦੇਖੋ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਸੰਧੂ ਸਾਹਿਬ ਜ਼ਰੂਰ ਆਣਗੇ ਜੀ ਸੰਧੂ ਸਾਹਿਬ ਬੀਜੇਪੀ ਬੀਜੇਪੀ ਜ਼ਿੰਦਾਬਾਦ ਮੋਦੀ ਸਾਹਿਬ ਜ਼ਿੰਦਾਬਾਦ ਇਹ ਲੋਕਤੰਤਰ ਦਾ ਇੱਕ ਬੜਾ ਵਧੀਆ ਰੰਗ ਹੈ ਕਿ ਤੁਸੀਂ ਦੇਖੋ ਹੋਰ ਵੀ ਲੋਕ ਨੇ ਭਾਈ ਸਾਹਿਬ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਸ਼੍ਰੋਮਣੀ ਅਕਾਲੀ ਦਲ ਕੀ ਤੁਹਾਨੂੰ ਕੀ ਲੱਗਦਾ ਭਾਜੀ ਦੇਖੋ ਕਾਂਗਰਸ ਤੇ ਅਕਾਲੀ ਦਲ ਦੋਨਾਂ ਦਾ ਹੈਗਾ ਦੇਖੋ ਕੀ ਵਾਹਿਗੁਰੂ ਜੋ ਪਾਵੇ ਮੁਕਾਬਲਾ ਫਸਵਾਂ ਬਰਾਬਰ ਹੈ ਦੋਨਾਂ ਦਾ ਬਿਲਕੁਲ ਤਾਂ ਫਸਵਾਂ ਮੁਕਾਬਲਾ ਹੈ ਅੰਮ੍ਰਿਤਸਰ ਦਾ ਪਰ ਇਸ ਵਾਰ ਇੱਕ ਅਜੀਬ ਜਿਹੜੀ ਚੀਜ਼ ਹੈ ਕਿ ਕੁਛ ਵੀ ਸਪਸ਼ਟ ਤੌਰ ਤੇ ਜਿਹੜਾ ਉਹ ਨਹੀਂ ਕਿਹਾ ਜਾ ਰਿਹਾ ਕੀ ਲੱਗਦਾ ਇਸ ਵਾਰੀ ਕੌਣ ਜਿੱਤੂ ਅੰਮ੍ਰਿਤ ਕੀ ਲੱਗਦਾ ਪਤਾ ਨਹੀਂ ਜੀ ਵੋਟ ਪਾਈ ਵੈ ਹਾਂਜੀ ਲੋਕ ਤੁਸੀਂ ਦੇਖੋ ਕਿ ਸ਼ਾਂਤ ਨੇ ਹਾਲੇ ਕਿ ਇਹਨਾਂ ਨੂੰ ਇਹ ਨਹੀਂ ਸਪਸ਼ਟ ਤੌਰ ਤੇ ਕੁਛ ਕਿਹਾ ਜਾ ਸਕਦਾ ਕਿ ਕੌਣ ਜਿੱਤੇਗਾ ਪਰ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਲਗਾਤਾਰ ਸਾਰੇ ਦੁਕਾਨਦਾਰਾਂ ਦੇ ਨਾਲ ਨੌਜਵਾਨਾਂ ਦੇ ਨਾਲ ਗੱਲ ਵੀਰ ਜੀ ਕੀ ਲੱਗਦਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤੂਗਾ ਹਾਂਜੀ ਅੰਮ੍ਰਿਤਸਰ ਤੋਂ ਕੌਣ ਜਿੱਤੂਗਾ ਕੌਣ
ਹਾਂਜੀ ਅੰਮ੍ਰਿਤਸਰ ਤੋਂ ਕੌਣ ਇਸ ਵਾਰੀ ਭਾਜੀ? ਇਹ ਬਾਰੇ ਮੈਨੂੰ ਪਤਾ ਜੀ, ਤੁਹਾਨੂੰ ਕੀ ਲੱਗਦਾ? ਨਰਿੰਦਰ ਮੋਦੀ ਬੀਜੇਪੀ 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 ਬਹੁਤ ਸਾਰੇ ਇੱਥੇ ਪ੍ਰਵਾਸੀ ਜਿਹੜੇ ਨੇ ਉਹ ਵੀ ਜੋ ਹੈ ਮੰਡੀ ਦੇ ਵਿੱਚ ਕੰਮ ਕਰਨ ਦੇ ਲਈ ਪਹੁੰਚਦੇ ਨੇ, ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬੀਜੇਪੀ, ਹਾਲਾਂਕਿ ਕੇਂਦਰ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਕਹਿਣਾ ਕਿ ਬੀਜੇਪੀ ਆ ਰਹੀ ਹੈ, ਪਰ ਜੇਕਰ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁਝ ਵੀ ਸਪਸ਼ਟ ਤੌਰ 'ਤੇ ਜੋ ਹੈ ਉਹ ਨਹੀਂ ਕਿਹਾ ਜਾ ਰਿਹਾ। ਲੋਕਾਂ ਦਾ ਕਹਿਣਾ ਕਿ ਇਸ ਵਾਰੀ ਮੁਕਾਬਲਾ ਜੋ ਹੈ ਕਾਫੀ ਫਸਵਾਂ, ਹੋਰ ਵੀ ਲੋਕ ਨੇ ਇੱਥੇ ਦੁਕਾਨਦਾਰ। ਸਰ ਕੀ ਲੱਗ ਰਿਹਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ? ਕਾਂਗਰਸ। ਤੁਹਾਨੂੰ ਕੀ ਲੱਗਦਾ? ਪਤਾ ਨਹੀਂ ਬੋਲੀ ਐਵੇਂ ਕੀ ਫਸਵਾਂ ਮੁਕਾਬਲਾ? ਹਾਂਜੀ ਇਸ ਵਾਰੀ ਮੁਕਾਬਲਾ ਫਸਵਾਂ ਫਸਵਾਂ ਕੈਂਡੀਡੇਟ ਸਟਰੋਂਗ ਹੈਗੇ, ਚਾਰੋਂ ਕੈਂਡੀਡੇਟ ਸਟਰੋਂਗ ਹੈ, ਕੋਈ ਕਿਸੇ ਬਾਰੇ ਨਹੀਂ ਕਹਿ ਸਕਦੇ। ਵੋਟਿੰਗ ਘੱਟ ਹੋਈ ਹੈ, ਕੋਈ ਕਿਸੇ ਬਾਰੇ ਨਹੀਂ ਕਹਿ ਸਕਦੇ ਭਾਜੀ। ਕੱਲ੍ਹ ਦੇ ਨਤੀਜਿਆਂ ਤੋਂ ਬਾਅਦ ਗੱਲ ਸੁਣ, ਚਾਰੋਂ ਕੈਂਡੀਡੇਟ ਸਟਰੋਂਗ ਹੈ ਅਤੇ ਕੋਈ ਕੁਛ ਨਹੀਂ ਕਹਿ ਸਕਦੇ ਬੋਜੀ। ਪਰਸੈਂਟੇਜ ਵੀ ਵੋਟਿੰਗ ਘੱਟ ਹੋਈ ਹੈ ਨਾ ਬੋਜੀ, ਕੋਈ ਪਤਾ ਕਿਹਦੇ ਪੜਨਾ ਪੈਣਾ ਤੁਹਾਨੂੰ, ਕਿ ਲਾਟਰੀ ਨਿਕਲ ਸਕਦੀ ਕਿਸੇ ਦੀ। ਤੁਹਾਨੂੰ ਕੀ ਲੱਗਦਾ ਅੰਮ੍ਰਿਤਸਰ ਤੋਂ ਕੌਣ? ਅੰਮ੍ਰਿਤਸਰ ਤੋਂ ਜਿਸ ਤਰ੍ਹਾਂ ਹੁਣ ਭਾਅ ਜੀ ਕਹਿ ਰਹੇ, ਵਾਕਈ ਸਾਰੇ ਕੈਂਡੀਡੇਟ ਬਹੁਤ ਸਟਰੋਂਗ ਹੈਗੇ ਨੇ ਅਤੇ ਫਸਵਾਂ ਮੁਕਾਬਲਾ ਹੈਗਾ, ਕੁਛ ਵੀ ਹੋ ਸਕਦਾ। ਬਾਕੀ ਲੋਕਾਂ ਨੇ ਵੋਟ ਪਾਇਆ, ਜਿਹੜੇ ਕੈਂਡੀਡੇਟ ਜਿਹਨੂੰ ਅੱਛਾ ਲੱਗਦਾ ਉਹਨੂੰ ਵੋਟ ਪਾਏ, ਸੋਚ ਬਦਲ ਚੁੱਕੀ, ਵੋਟ ਲੋਕਤੰਤਰ ਦੇ ਵਿੱਚ ਸੋਚ ਬਦਲ ਚੁੱਕੀ ਹੈ। ਇਹ ਇੱਕ ਲਾਟਰੀ ਹੀ ਹੈ, ਜਦੋਂ ਖੁੱਲੇਗੀ ਉਦੋਂ ਹੀ ਪਤਾ ਲੱਗੇਗਾ ਕਿਹਦੇ ਕਿਹਦਾ। ਭਾਈ ਸਾਹਿਬ ਕਹਿ ਰਹੇ ਕਾਂਗਰਸ ਜਿੱਤੇਗੀ, ਤੁਹਾਨੂੰ ਪੂਰਾ ਯਕੀਨ? ਖਿਆਲ ਹੈ ਆਪਣਾ? ਬਿਲਕੁਲ ਭਾਈ ਸਾਹਿਬ, ਤੁਹਾਨੂੰ ਕੀ ਲੱਗਦਾ ਸਰ, ਕੀ ਲੱਗਦਾ ਕੌਣ ਜਿੱਤੇਗਾ? ਤਾਂ ਖਰ ਕੋਈ ਜੋ ਹੈ ਖੁੱਲ੍ਹ ਕੇ ਬੋਲਣ ਤੋਂ ਬਚ ਰਿਹਾ, ਪਰ ਚੋਣ ਦੇ ਜਿਹੜੇ ਨਤੀਜੇ ਨੇ, ਹਾਲਾਂਕਿ ਉਹ ਕੱਲ੍ਹ ਸਵੇਰ ਤੋਂ ਸ਼ੁਰੂ ਹੋਣਗੇ ਜਦੋਂ ਰੁਝਾਨ, ਉਸ ਤੋਂ ਬਾਅਦ ਸਪਸ਼ਟ ਹੋਏਗਾ। ਕੀ ਲੱਗਦਾ ਤੁਹਾਨੂੰ ਇਸ ਵਾਰੀ ਕੌਣ ਜਿੱਤੇਗਾ? ਤੁਹਾਨੂੰ ਕੀ ਲੱਗਦਾ ਭਾਈ ਸਾਹਿਬ, ਅੰਮ੍ਰਿਤਸਰ ਤੋਂ ਕੌਣ ਇਸ ਵਾਰੀ ਕੌਣ ਜਿੱਤੇਗਾ? ਪਤਾ ਨੀ ਭਾਈ, ਬਿਲਕੁਲ ਤਾਂ ਇਹ ਬਾਹਰ ਤੋਂ ਵੀ, ਕਿਉਂਕਿ ਇੱਥੇ ਮੰਡੀ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਬਾਹਰ ਤੋਂ ਵੀ ਕੰਮ ਕਰਨ ਦੇ ਲਈ ਪਹੁੰਚਦੇ ਨੇ, ਪਰ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਅੰਮ੍ਰਿਤਸਰ ਦੇ ਵੱਖ ਵੱਖ ਪਿੰਡਾਂ ਦੇ ਨਾਲ, ਕਸਬਿਆਂ ਦੇ ਨਾਲ ਸੰਬੰਧਿਤ ਨੇ। ਤਾਂ ਅਸੀਂ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਆਖਿਰਕਾਰ ਅੰਮ੍ਰਿਤਸਰ ਤੋਂ ਇਸ ਵਾਰ ਕੌਣ ਜਿੱਤੇਗਾ। ਤਾਂ ਹੋਰ ਵੀ ਜਿਹੜੇ ਦੁਕਾਨਦਾਰ ਨੇ, ਨੌਜਵਾਨ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਕੀ ਲੱਗਦਾ ਵੀਰ ਜੀ, ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ? ਵੱਡੇ ਭਾਈ ਨੂੰ ਪੁੱਛੋ, ਤੁਸੀਂ ਕੀ ਕੌਣ ਜਿੱਤ ਸਕਦਾ ਭਾਈ? ਅੰਮ੍ਰਿਤਸਰ ਵਾਲੇ ਕਿਤੋਂ ਜੀ, ਜੇ ਸ਼ਹਿਰੀ ਦੇਖੀਏ ਤੇ ਬੀਜੇਪੀ ਲੀਡ ਕਰਦੀ ਪਈ ਹੈ ਜੀ, ਤੇ ਪਿੰਡਾਂ ਵਿੱਚ ਫਾਈਟ ਹੈ ਜੀ ਕਾਂਗਰਸ ਦੀ ਤੇ ਆਪਣਾ ਆਪ ਝਾੜੂ ਵਾਲੇ ਦੀ। ਗੇਮ ਕਿਸੇ ਨਾ ਕਿਸੇ ਦੀ ਖਰਾਬ ਹੋ ਜਾਂਦੀ। ਬਿਲਕੁਲ ਬਿਲਕੁਲ ਜੀ ਬਿਲਕੁਲ, ਪਰ ਇਹ ਨਹੀਂ ਸਪਸ਼ਟ ਵੀ ਕੌਣ ਚਾਂਸ ਜ਼ਿਆਦਾ ਜੀ, ਕਾਂਗਰਸ ਦੇ ਚਾਂਸ ਜ਼ਿਆਦਾ ਜੀ। ਤਾਂ ਕਾਂਗਰਸ ਦੇ ਚਾਂਸ, ਇਹਨਾਂ ਦਾ ਕਹਿਣਾ ਕਿ ਜ਼ਿਆਦਾ। ਬਾਪੂ ਜੀ ਕੀ ਲੱਗ ਰਿਹਾ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ? ਅੰਮ੍ਰਿਤਸਰ ਤੋਂ ਕੋਈ ਪਾਰਟੀ, ਬੀਜੇਪੀ ਜਿੱਤੇਗੀ ਆ ਗਈ, ਆਵਾਜ਼ ਤੇ ਹੋਣ ਲਈ ਅੱਗੋਂ ਰੱਬ ਜਾਣੇ। ਤੁਹਾਨੂੰ ਕੀ ਲੱਗਦਾ ਜੀ? ਬੀਜੇਪੀ ਬੀਜੇਪੀ ਕਹਿਣਾ ਕਿ ਬੀਜੇਪੀ ਜਿੱਤੇਗੀ, ਨੌਜਵਾਨ ਵੀ ਨੇ ਵੀ। ਕੀ ਲੱਗਦਾ ਇਸ ਵਾਰ ਅੰਮ੍ਰਿਤਸਰ ਤੋਂ ਕੌਣ? ਬੀਜੇਪੀ ਬੀਜੇਪੀ ਭਾਜੀ। ਬਿਲਕੁਲ, ਤਾਂ ਬੀਜੇਪੀ ਇਹਨਾਂ ਦਾ ਕਹਿਣਾ ਕਿ ਜਿੱਤ ਸਕਦੀ ਹੈ ਅੰਮ੍ਰਿਤਸਰ ਤੋਂ, ਹਾਲਾਂਕਿ ਨਤੀਜੇ ਕੱਲ ਆਉਣੇ ਨੇ, ਪਰ ਉਸ ਤੋਂ ਪਹਿਲਾਂ ਇੱਕ ਲੋਕਾਂ ਦੇ ਵਿੱਚ ਚਰਚਾ ਕੀ ਹੈ? ਕੀ ਲੱਗਦਾ ਵੀਰ ਜੀ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ? ਕਿੱਥੋਂ? ਅੰਮ੍ਰਿਤਸਰ ਚੋਂ। ਅੰਮ੍ਰਿਤਸਰ ਚੋਂ ਅਸੀਂ ਕਹਿ ਸਕਦੇ ਹਾਂ ਕਿ ਪਾਰਟੀਆਂ ਅਕਾਲੀ ਦਲ ਜਾਂ ਆਮ ਪਾਰਟੀ ਮੁਕਾਬਲਾ ਇਹਨਾਂ ਦਾ ਮੁਕਾਬਲਾ। ਤਾਂ ਹੋਰ ਵੀ ਦੁਕਾਨਦਾਰ ਨੇ, ਇੱਕ ਵਾਰ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਕੀ ਲੱਗਦਾ ਵੀਰ ਜੀ ਇਸ ਵਾਰੀ ਅੰਮ੍ਰਿਤਸਰ ਤੋਂ ਕੌਣ ਜਿੱਤ ਸਕਦਾ? ਸੰਧੂ